ਅੰਮ੍ਰਿਤਸਰ ਪੰਜਾਬ ਦੀ ਪੰਥਕ ਰਾਜਧਾਨੀ ਨਹੀਂ ਬਲਕਿ ਖਾਣ ਪੀਣ ਦੇ ਸ਼ੌਕੀਨਾਂ ਵਾਸਤੇ ਇੱਕ ਜੰਨਤ ਵਰਗਾ ਹੈ। ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਛੋਲਿਆਂ ਤੋਂ ਲੈ ਕੇ ਲੱਸੀ ਤੱਕ, ਰੋਸਟਿਡ ਮਟਨ ਤੋਂ ਲੈ ਕੇ ਅੰਮ੍ਰਿਤਸਰੀ ਮੱਛੀ ਤੱਕ, ਸਭ ਕੁਝ ਇੱਕ ਲੰਬੀ ਫਹਿਰਿਸਤ ਵਿੱਚ ਹੈਗਾ। ਔਰ ਜਿਹੜਾ ਵੀ ਸੈਲਾਨੀ ਅੰਮ੍ਰਿਤਸਰ ਆਉਂਦਾ ਹੈ ਉਹ ਇਸ ਲੰਬੀ ਲਿਸਟ ਨੂੰ ਨਾਲ ਲੈ ਕੇ ਆਉਂਦਾ ਹੈ। ਮੈਂ ਰਵਿੰਦਰ ਸਿੰਘ ਰੌਬਿਨ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਉਹਨਾਂ ਲੰਬੀ ਡਿਲੀਸ਼ੀਅਸ ਲਿਸਟ ਵਿੱਚੋਂ ਕੁਝ ਖਾਸ ਜਗ੍ਹਾਵਾਂ 'ਤੇ ਲੈ ਕੇ ਜਾਵਾਂਗਾ। ਸ਼ੁਰੂਆਤ ਅਸੀਂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ਤੋਂ ਕਰਦੇ ਹਾਂ। ਗਿਆਨੀ ਟੀ ਸਟਾਲ ਦੇ ਮਿਲਦੀ ਕਚੌੜੀ, ਬ੍ਰੈਡ ਆਮਲੇਟ ਔਰ ਬ੍ਰੈਡ ਮੱਖਣ ਦੇ ਨਾਲ ਗਰਮਾ ਗਰਮ ਚਾਹ ਦੀ ਚੁਸਕੀਆਂ ਦੇ ਨਾਲ ਅੰਮ੍ਰਿਤਸਰੀਆਂ ਦਾ ਦਿਨ ਸ਼ੁਰੂ ਹੋ ਜਾਂਦਾ ਹੈ। ਅਤੇ ਵਾਰੀ ਆ ਜਾਂਦੀ ਹੈ ਹੁਣ ਅੰਮ੍ਰਿਤਸਰੀ ਕੁਲਚੇ ਛੋਲਿਆਂ ਦੀ, ਜਿਹੜੇ ਕਿ ਅੰਮ੍ਰਿਤਸਰ ਦੇ ਲਗਭਗ ਹਰ ਇਲਾਕੇ 'ਚੋਂ ਮਿਲ ਜਾਂਦੇ ਨੇ। ਕੁਲਚੇ ਬਣਾਉਣ ਵਾਲੇ ਮੰਨਦੇ ਨੇ ਕਿ ਇੱਕ ਅੰਮ੍ਰਿਤਸਰ ਦਾ ਪਾਣੀ ਹੈ ਜਿਹੜਾ ਇਹਨਾਂ ਕੁਲਚਿਆਂ ਨੂੰ ਇੱਕ ਵਿਲੱਖਣ ਸਵਾਦ ਦਿੰਦਾ ਹੈ। ਇੱਕ ਸਮਾਂ ਸੀ ਜਦੋਂ ਅੰਮ੍ਰਿਤਸਰ ਦੇ ਮਸ਼ਹੂਰ ਪੂੜੀ ਛੋਲੇ ਖਾਣ ਲਈ ਤੁਹਾਨੂੰ ਅੰਦਰੂਨ ਸ਼ਹਿਰ ਯਾਨੀ ਕਿ ਵਾਲ ਸਿਟੀ 'ਚ ਜਾਣਾ ਪੈਂਦਾ ਸੀ, ਲੇਕਿਨ ਸਮੇਂ ਦੇ ਨਾਲ ਨਾਲ ਵਾਲ ਸਿਟੀ ਦੀਆਂ ਜ਼ਿਆਦਾਤਰ ਮਸ਼ਹੂਰ ਦੁਕਾਨਾਂ ਅੰਮ੍ਰਿਤਸਰ ਤੋਂ ਬਾਹਰ ਇਲਾਕਿਆਂ ਵਿੱਚ ਆ ਗਈਆਂ ਹੋਈਆਂ ਨੇ। ਅੰਮ੍ਰਿਤਸਰ ਦੀ ਪੂੜੀ ਵਿੱਚ ਖਾਸੀਅਤ ਇਹ ਹੈ, ਇੱਕ ਤਾਂ ਪੀਠੀ ਵਾਲੀ ਪੂੜੀ ਹੈ ਔਰ ਇੱਥੇ ਛੋਲਿਆਂ ਦੇ ਨਾਲ ਨਾਲ ਲੌਂਜੀ ਦੀ ਸਬਜ਼ੀ ਵੀ ਮਿਲਦੀ ਹੈ। ਲੌਂਜੀ ਯਾਨੀ ਇੱਕ ਮਿੱਠੇ ਆਲੂ ਇੱਕ ਤਰ੍ਹਾਂ ਦੀ ਸਬਜ਼ੀ ਬਣਾਈ ਜਾਂਦੀ ਹੈ ਔਰ ਇਹਦੇ ਨਾਲ ਮੌਸਮ ਦੇ ਹਿਸਾਬ ਨਾਲ ਅਚਾਰ ਹੁੰਦੇ ਨੇ। ਇੰਨਾ ਕੁਛ ਖਾਣ ਤੋਂ ਬਾਅਦ ਅੰਮ੍ਰਿਤਸਰੀ ਲੱਸੀ ਕਿਵੇਂ ਛੱਡੀ ਜਾ ਸਕਦੀ ਹੈ? ਸੈਲਾਨੀਆਂ ਦੀ ਲਿਸਟ ਵਿੱਚ ਪੇੜੇ ਵਾਲੀ ਲੱਸੀ ਪੀਣਾ ਲਾਜ਼ਮ ਹੈ, ਭਾਵੇਂ ਮੌਸਮ ਗਰਮੀ ਦਾ ਹੋਵੇ ਜਾਂ ਸਰਦੀ ਦਾ। ਦੁਪਹਿਰ ਹੁੰਦੇ ਹੀ ਕੇਸਰ ਦੇ ਢਾਬੇ ਦੇ ਪਰੌਂਠੇ ਅਤੇ ਦਾਲ ਆਵਾਜ਼ਾਂ ਮਾਰਨ ਲੱਗ ਪੈਂਦੇ ਨੇ। ਕੇਸਰ ਦੇ ਢਾਬੇ ਪਹੁੰਚਣ ਵਾਸਤੇ ਅੰਦਰੂਨ ਸ਼ਹਿਰ ਜਾਣਾ ਪਏਗਾ ਔਰ ਅੰਦਰੂਨ ਸ਼ਹਿਰ ਜਾਣ ਵਾਸਤੇ ਜਾਂ ਤਾਂ ਮੋਟਰਸਾਈਕਲ, ਦੋ ਪਹੀਏ ਵਾਹਨ ਜਾਂ ਫਿਰ ਈ ਰਿਕਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ। ਸ਼ਾਮ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਭਿੱਜਾ ਕੁਲਚੇ ਛੋਲੇ ਖਾਣਾ ਇੱਕ ਲਾਜ਼ਮ ਹੈ। ਅੰਮ੍ਰਿਤਸਰ ਵਿੱਚ ਖਾਸ ਤੌਰ 'ਤੇ ਜਿਹੜੇ ਕੁਲਚੇ ਬੰਦੇ ਨੇ ਇਹਨਾਂ ਨੂੰ ਛੋਲਿਆਂ ਵਿੱਚ ਭਿਉਂਇਆ ਜਾਂਦਾ, ਫਿਰ ਉਸ ਤੋਂ ਬਾਅਦ ਇਹਨੂੰ ਗਾਰਨਿਸ਼ ਕਰਕੇ ਸਰਵ ਕੀਤਾ ਜਾਂਦਾ। ਖਾਸ ਤੌਰ 'ਤੇ ਅੰਮ੍ਰਿਤਸਰ ਵਿੱਚ ਨਮਕ ਮੰਡੀ ਦੇ ਕੁਲਚੇ ਛੋਲੇ, ਭਿੱਜੇ ਕੁਲਚੇ ਛੋਲੇ, ਮੱਟੀ ਛੋਲੇ ਬਹੁਤ ਮਸ਼ਹੂਰ ਹਨ। ਅੰਮ੍ਰਿਤਸਰ ਵਿਖੇ ਲਾਰੈਂਸ ਰੋਡ 'ਤੇ ਰਾਮ ਲੁਬਾਇਆ ਪਾਪੜ ਵਾਲੇ ਦੇ ਖੱਟਾ ਮਿੱਠਾ ਚੂਰਨ ਔਰ ਆਮ ਪਾਪੜ ਖਾਣ ਤੋਂ ਬਾਅਦ ਸਵੇਰ ਦੇ ਖਾਧੇ ਪੀਤੇ ਦੀ ਇੱਕ ਤਹਿ ਤਾਂ ਜ਼ਰੂਰ ਲੱਗ ਗਈ ਹੈ, ਲੇਕਿਨ ਸਾਡਾ ਅੱਜ ਦਾ ਸਫ਼ਰ ਹਾਲੀ ਖਾਣ ਪੀਣ ਦਾ ਖਤਮ ਨਹੀਂ ਹੋਇਆ। ਸ਼ਾਮ ਢਲਦੇ ਹੀ ਨੋਨ ਵੈਜੀਟੇਰੀਅਨ ਖਾਣ ਵਾਲੇ ਸ਼ੌਕੀਨਾਂ ਦੀ ਲਿਸਟ ਨੂੰ ਟਿਕ ਮਾਰ ਕਰਨ ਦੀ ਵਾਰੀ ਆ ਜਾਂਦੀ ਹੈ। ਅੰਦਰੂਨ ਸ਼ਹਿਰ ਵਿੱਚ ਮੋਹਨ ਮੀਟ ਵੱਲੋਂ ਖਾਲਿਸ ਦੇਸੀ ਘਿਓ ਨਾਲ ਤਿਆਰ ਚਾਂਪਾਂ, ਟਿੱਕੇ, ਮਗਜ ਦੀ ਖੁਸ਼ਬੂ ਚੌਂਕ ਚਬੂਤਰੇ ਤੱਕ ਪਹੁੰਚ ਗਈ ਹੁੰਦੀ ਹੈ। ਸ਼ਾਮ ਢਲਦੇ ਹੀ ਮਜੀਠਾ ਰੋਡ ਵਿਖੇ ਬੀਰਾ ਚਿਕਨ ਵਾਲੇ ਗ੍ਰਿਲ ਚਿਕਨ ਬਣਾਉਣ 'ਚ ਮਸਰੂਫ ਹੋ ਜਾਂਦੇ ਨੇ।
ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸ਼ਾਮ ਢਲਦੇ ਹੀ ਸੈਲਾਨੀਆਂ ਦੀ ਆਮਦ ਸ਼ੁਰੂ ਹੋ ਜਾਏਗੀ। ਦੁਨੀਆ ਦੇ ਬਹੁਤ ਸਾਰੇ ਰੈਸਟੋਰੈਂਟਸ ਦੇ ਮੈਨਿਊ ਵਿੱਚ ਤੁਹਾਨੂੰ ਲਿਖਿਆ ਮਿਲ ਜਾਏਗਾ ਕਿ ਉਹ ਮੱਖਣ ਫਿਸ਼ ਜਾਂ ਅੰਮ੍ਰਿਤਸਰੀ ਮੱਛੀ ਔਫਰ ਕਰ ਸਕਦੇ ਨੇ, ਬਣਾ ਸਕਦੇ ਨੇ। ਲੇਕਿਨ ਅਗਰ ਤੁਸੀਂ ਅੰਮ੍ਰਿਤਸਰੀ ਮੱਛੀ ਜਾਂ ਮੱਖਣ ਫਿਸ਼ ਨੂੰ ਇੰਜੋਏ ਕਰਨਾ ਹੈ, ਅਸਲੀ ਸਵਾਦ ਦੇਖਣਾ, ਤਾਂ ਤੁਹਾਨੂੰ ਅੰਮ੍ਰਿਤਸਰ ਆਉਣਾ ਪਏਗਾ। ਔਰ ਖਾਸ ਤੌਰ 'ਤੇ ਇਹ ਮੱਖਣ ਫਿਸ਼, ਇਹਨਾਂ ਦਾ ਕਲੇਮ ਹੈ ਕਿ ਮੱਖਣ ਫਿਸ਼ ਦਾ ਨਾਮ ਹੀ ਇਹਨਾਂ ਦੇ ਇੱਥੋਂ ਦੀ ਇਸ ਸ਼ੌਪ ਤੋਂ ਬਣ ਕੇ ਦੁਨੀਆ ਕੋਲ ਪਹੁੰਚਿਆ ਹੈ। ਅੰਮ੍ਰਿਤਸਰ ਦਾ ਕੁਲਫਾ ਆਪਣੇ ਆਪ ਵਿੱਚ ਇੱਕ ਵਿਲੱਖਣ ਪਹਿਚਾਣ ਹੈ। ਅੰਮ੍ਰਿਤਸਰੀ ਚੰਗੇ ਖਾਣ ਦੇ ਸ਼ੌਕੀਨ ਹਨ ਔਰ ਉਹਨੇ ਅੱਛੇ ਮੇਜ਼ਬਾਨ ਵੀ ਹਨ। ਅੱਜ ਦੀ ਦਿਹਾੜੀ ਜੋ ਕੁਛ ਖਾਧਾ ਉਹ ਅਗਲੇ ਦਿਨ ਰਿਪੀਟ ਕਰਨ ਲਈ ਵੀ ਤਿਆਰ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਅੰਮ੍ਰਿਤਸਰ ਦਾ ਪਾਣੀ ਹੈ ਜਿਹੜਾ ਸਭ ਕੁਛ ਸਵਾਦ ਨਾਲ ਬਣਾਉਂਦਾ ਵੀ ਹੈ ਔਰ ਹਜ਼ਮ ਵੀ ਕਰਾਉਂਦਾ ਹੈ।